ਤਾਂ ਦੱਸ ਦੇ ਕਿ ਵਿਧਵਾ ਔਰਤ ਨੂੰ ਘਰ ਬਣਾ ਨਹੀਂ ਦਿੱਤਾ ਜਾ ਰਿਹਾ, ਤਾਂ ਗੁਆਂਢੀਆਂ ਦੇ ਸਿਕਿਉਰਿਟੀ ਗਾਰਡ ਦੇ ਵੱਲੋਂ ਉਹਨਾਂ ਨੂੰ ਕੰਮ ਕਰਨ ਤੋਂ ਰੋਕਿਆ ਜਾ ਰਿਹਾ। ਤਾਂ ਉਸਾਰੀ ਦਾ ਕੰਮ ਸੀ ਜੋ ਕਿ ਇਸ ਵਿਧਵਾ ਮਹਿਲਾ ਦੇ ਕੰਮ ਨੂੰ ਰੋਕਿਆ ਜਾ ਰਿਹਾ। ਤਾਂ ਮਹਿਲਾ ਦਾ ਆਰੋਪ ਹੈ ਕਿ ਮੇਰੇ ਪਲਾਟ ਦੇ ਵਿੱਚ ਇਹਨਾਂ ਗੁਆਂਢੀਆਂ ਦੇ ਵੱਲੋਂ ਗੱਡੀ ਖੜੀ ਕਰੀ ਜਾਂਦੀ ਹੈ ਅਤੇ ਮੇਰੇ ਪਲਾਟ ਦੇ ਵਿੱਚ ਇਹਨਾਂ ਦੇ ਵੱਲੋਂ ਆਪਣਾ ਹਿੱਸਾ ਦੱਸਿਆ ਗਿਆ। ਤਾਂ ਦੱਸ ਦਈਏ ਕਿ ਪੂਰਾ ਮਾਮਲਾ ਹੁਸ਼ਿਆਰਪੁਰ ਤੋਂ ਸਾਹਮਣੇ ਆਇਆ, ਜਿੱਥੇ ਮਹਿਲਾ ਨੇ ਦੱਸਿਆ ਕਿ ਉਸਦੇ ਵੱਲੋਂ ਇਹ ਪਲਾਟ 2013 ਦੇ ਵਿੱਚ ਖਰੀਦਿਆ ਗਿਆ ਸੀ। ਤਾਂ ਜਦੋਂ ਉਹ ਆਪਣੇ ਪਲਾਟ ਦੀ ਚਾਰ ਦੀਵਾਰੀ ਕਰਨ ਦੇ ਲਈ ਗਈ ਤਾਂ ਉਸਨੂੰ ਪਹਿਲਾਂ ਤਾਂ ਡਾਕਟਰ ਬਖਸ਼ੀ ਦੇ ਸਿਕਿਉਰਿਟੀ ਗਾਰਡ ਦੇ ਵੱਲੋਂ ਰੋਕਿਆ ਗਿਆ ਅਤੇ ਫਿਰ ਦੂਸਰੀ ਵਾਰ ਪੁਲਿਸ ਨੇ ਮੌਕੇ 'ਤੇ ਜਾ ਕੇ ਉਸਨੂੰ ਰੋਕਿਆ। ਉਹਨਾਂ ਕਿਹਾ ਕਿ ਉਹਨਾਂ ਨੂੰ ਪਲਾਟ ਵੇਚਣ ਅਤੇ ਉਸਦੀ ਚਾਰ ਦੀਵਾਰੀ ਕਰਨ ਤੋਂ ਇਸ ਲਈ ਰੋਕਿਆ ਗਿਆ ਕਿਉਂਕਿ ਚੇਅਰਮੈਨ ਸਾਹਿਬ ਦੀ ਪੰਜਾਬ ਸਰਕਾਰ ਵਾਲੀ ਗੱਡੀ ਉੱਥੇ ਸਵੇਰੇ ਸ਼ਾਮ ਖੜਦੀ ਹੈ। ਦੱਸ ਦੇ ਕਿ ਇਸ ਪੂਰੇ ਮਾਮਲੇ ਦੇ ਵਿੱਚ ਪੁਲਿਸ ਦੇ ਨਾਲ ਵੀ ਗੱਲਬਾਤ ਕੀਤੀ ਗਈ ਤਾਂ ਪੁਲਿਸ ਨੇ ਕਿਹਾ ਕਿ ਮਹਿਲਾ ਨੂੰ ਦੂਸਰੇ ਧਿਰ ਦੇ ਵੱਲੋਂ ਨਿਸ਼ਾਨਦੇਹੀ ਤੋਂ ਬਾਅਦ ਕੰਧ ਖਿਚਾਉਣ ਲਈ ਕਿਹਾ ਗਿਆ ਸੀ, ਜਿਸ ਨੂੰ ਲੈ ਕੇ ਦੋਹਾਂ ਧਿਰਾਂ ਨੂੰ ਐਤਵਾਰ ਤੱਕ ਦਾ ਸਮਾਂ ਦਿੱਤਾ ਗਿਆ। ਤਾਂ ਮਹਿਲਾ ਨੇ ਆਰੋਪ ਲਗਾਇਆ ਕਿ ਮੈਂ ਪਲਾਟ ਦੀ ਚਾਰ ਦੀਵਾਰੀ ਕਰਨਾ ਚਾਹੁੰਦੀ ਹਾਂ, ਪਰ ਨਾਲ ਦੇ ਗੁਆਂਢੀਆਂ ਦੇ ਵੱਲੋਂ ਉਹਨਾਂ ਨੂੰ ਰੋਕਿਆ ਜਾ ਰਿਹਾ ਕਿਉਂਕਿ ਉਹ ਉਸਦੇ ਪਲਾਟ ਦੇ ਵਿੱਚ ਆਪਣਾ ਹਿੱਸਾ ਦੱਸਦੇ ਨੇ। ਤਾਂ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਦੋਨਾਂ ਧਿਰਾਂ ਨੂੰ ਸਮਾਂ ਦਿੱਤਾ, ਜਿਸ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ। ਹਾਂਜੀ, ਮੈਨੂੰ ਪਰੇਸ਼ਾਨੀ ਆ ਰਹੀ ਹੈ। ਮੈਂ 2011 'ਚ ਆਹ ਪਲੋਟ ਲਿਆ ਸੀ, 6.5 ਮਰਲੇ ਆ ਜੀ ਜਗ੍ਹਾ, ਅਤੇ 6.5 ਮਰਲੇ ਆ, ਅਤੇ ਜਿਹੜੇ ਆਹ ਡਾਕਟਰ ਹਰਮਿੰਦਰ ਸਿੰਘ ਹੈ ਨਾਲ ਦੇ ਗੁਆਂਢੀ, ਇਹ ਮੈਨੂੰ ਵਾਰ ਵਾਰ ਰੋਕਦੇ ਆ ਕਿ ਮੈਂ ਜਦੋਂ ਵੇਚਣ ਲੱਗਦੀ ਹਾਂ ਦੂਏ ਤੇ ਦਿਨ ਜੋ ਵੀ ਆਉਂਦਾ ਆ ਉਹ ਮੈਨੂੰ ਕਹਿ ਦਿੰਦੇ ਅਸੀਂ ਲੈਣਾ ਨਹੀਂ ਜੀ, ਸਾਈ ਵੀ ਫੜਾ ਦਿੰਦੇ, ਮੈਨੂੰ ਸਾਈ ਵਾਪਸ ਕਰਨੀ ਪੈਂਦੀ ਹੈ। ਅਤੇ ਮੁੜ ਕੇ ਜੀ ਮੈਨੂੰ ਮਤਲਬ ਬਣਾਉਣ ਨਹੀਂ ਦਿੰਦੇ, ਆਪਣੀ ਸਰਕਾਰੀ ਗੱਡੀ ਪੰਜਾਬ ਸਰਕਾਰ ਦੀ ਉਹ ਖੜੀ ਕਰ ਲੈਂਦੇ ਆ। ਦੋ ਵਾਰ ਮੈਂ ਕੰਧ ਕਰਨ ਦੀ ਇੱਥੇ ਬਾਹਰ ਕੋਸ਼ਿਸ਼ ਕੀਤੀ, ਇਹ ਮੈਨੂੰ ਬਣਾਉਣ ਨਹੀਂ ਦਿੰਦੇ ਜੀ। ਇੱਟਾਂ ਵੀ ਸਟਾਈਆਂ, ਮਿਸਤਰੀ ਵੀ ਲਗਾਏ, ਦੋ ਵਾਰ ਮੈਂ ਮਿਸਤਰੀਆਂ ਨੂੰ ਪੈਸੇ ਵੀ ਦਿੱਤੇ, ਉਹ ਵਿਚਾਰੇ ਮੁੜ ਕੇ ਹੁਣ ਆਉਂਦੇ ਵੀ ਨਹੀਂ, ਡਰਦੇ, ਕਹਿੰਦੇ ਜੀ ਅਸੀਂ ਸਾਡੇ 'ਤੇ ਕੋਈ ਗਲਤ ਕਾਰਵਾਈ ਨਾ ਹੋ ਜਾਵੇ। ਇਸ ਕਰਕੇ ਤੰਗ ਪਰੇਸ਼ਾਨ ਕਿਉਂ ਕਰ ਰਹੇ ਇਹ? ਆਪ ਬਾਹਰ ਨਿਕਲਦੇ ਨਹੀਂ ਜੀ, ਇਹ ਆਪਣੇ ਜਿਹੜਾ ਇਹਨਾਂ ਦਾ ਸਿਕਿਉਰਿਟੀ ਗਾਰਡ ਹੈ ਅਤੇ ਇੱਕ ਡਰਾਈਵਰ ਹੈ, ਉਹਨਾਂ ਨੂੰ ਬਾਹਰ ਰੱਖਦੇ ਆ ਅਤੇ ਗੱਡੀ ਇੱਥੇ ਖੜੀ ਕਰ ਜਾਂਦੇ, ਆਪ ਨਹੀਂ ਆ ਕੇ ਗੱਲ ਨਹੀਂ ਕਰਦੇ। ਮੈਨੂੰ ਕਹਿੰਦੇ ਸੀ 13 ਤਰੀਕ ਤੱਕ ਵੋਟਾਂ ਆ, ਮੈਂ CM ਸਾਹਿਬ ਨਾਲ ਬਿਜ਼ੀ ਹੈ, ਇਸ ਕਰਕੇ ਫਿਰ ਇਹ ਮੇਰੇ ਨਾਲ ਕੋਈ ਗੱਲ ਨਹੀਂ ਇਹਨਾਂ ਦੀ ਹੋਈ, ਬਸ ਇਹੀ ਹੋਈ 13 ਤਰੀਕ ਤੋਂ ਬਾਅਦ ਮੈਂ ਕਰ ਲਵਾਂਗਾ। ਸੋ ਉਹਦਾ ਜਿਹਨੂੰ ਬੰਦੇ ਨੂੰ ਵਿੱਚ ਪਾਇਆ ਉਹ ਕਹਿੰਦਾ 2 ਲੱਖ ਬਿਆਨਾ ਕਰ ਲਓ ਅਤੇ ਬਾਅਦ 'ਚ ਦੇ ਦੇਵਾਂਗੇ 6-7 ਮਹੀਨੇ ਬਾਅਦ ਜਦੋਂ ਵੀ ਪੈਸੇ ਹੋਏ। ਕਾਰਨ ਕੀ ਹੈ ਤੰਗ ਪਰੇਸ਼ਾਨੀ ਕਰਨ ਦਾ? ਕੋਈ ਵੀ ਕਾਰਨ ਨਹੀਂ ਹੈ ਮੇਰਾ, ਇਹ ਤਾਂ ਕਾਰਨ ਇਹੀ ਹੈ ਮੈਂ ਇਹਨਾਂ ਦੇ ਲਾਗੇ ਇਹਨਾਂ ਦੇ ਪਲੋਟ ਹੈ ਜੀ, ਬਸ ਇਹੀ ਹੈ। ਮੈਂ ਤਾਂ ਮੈਂ ਵਿਡੋ ਲੇਡੀ ਹੈਗੀ ਹੈ ਸਰਕਾਰੀ, ਮੈਂ ਗੜਸ਼ੰਕਰ ਤੋਂ ਰਿਟਾਇਰ ਹੋਈ ਜੀ ਨਰਸਿੰਗ ਸਿਸਟਰ, ਅਤੇ ਮੈਨੂੰ ਪਰੇਸ਼ਾਨ ਕਰਦੇ, ਮੇਰੇ ਸਟੈਂਟ ਪਿਆ, ਮੈਂ ਹਾਰਟ ਦੀ ਮਰੀਜ਼ ਹਾਂ ਅਤੇ ਇਹ ਮੈਨੂੰ ਇੰਨਾ ਪਰੇਸ਼ਾਨ ਕੀਤਾ ਪਿਆ। ਮੈਂ ਇਕੱਲੀ ਰਹਿੰਦੀ ਹਾਂ ਇੱਥੇ ਜੀ, ਬੱਚੇ ਮੇਰੇ ਪੜ੍ਹਦੇ ਆ। ਇਸ ਸੰਬੰਧੀ ਕਿਸੇ ਨੂੰ ਸ਼ਿਕਾਇਤ ਵੀ ਕੀਤੀ? ਹਾਂਜੀ ਹਾਂਜੀ, SSP ਸਾਹਿਬ ਨੂੰ ਮੈਂ ਕੀਤੀ ਹੈ ਜੀ, SHO ਸਾਹਿਬ ਨੂੰ, SHO ਸਾਹਿਬ ਪਹਿਲੇ ਦਿਨ ਜਦੋਂ ਅਸੀਂ ਕਰਨ ਲੱਗੇ ਹਾਂ ਕੰਧ, SHO ਸਾਹਿਬ ਸਾਨੂੰ ਰੋਕ ਗਏ, ਕਹਿੰਦੇ ਤੁਸੀਂ ਕੰਧ ਨਹੀਂ ਕਰਨੀ, ਤੁਸੀਂ ਕਰ ਨਹੀਂ ਸਕਦੇ। ਰਮਨ ਕੁਮਾਰ ਹੈ ਜੀ ਉਹਨਾਂ ਦਾ ਨਾਮ। ਕਿਉਂ ਰੋਕ ਕੇ ਗਏ ਉਹ? ਹੁਣ ਸਾਨੂੰ ਤਾਂ ਪਤਾ ਨਹੀਂ, ਸਾਨੂੰ ਕੋਈ, ਅਸੀਂ ਤਾਂ ਮੈਂ ਆਪਣੀ ਜਗ੍ਹਾ 'ਚ ਜੇ ਬਾਉਂਡਰੀ ਵਾਲ ਕਰਨ ਲੱਗੀ ਹਾਂ ਅਤੇ ਉਹਨਾਂ ਨੂੰ ਤਾਂ ਰੋਕਣਾ ਨਹੀਂ ਬਣਦਾ, ਉਲਟ ਇਹਨਾਂ ਨੂੰ ਪੁੱਛਣਾ ਚਾਹੀਦਾ ਕਿ ਕਿਉਂ ਰੋਕਦੇ, ਇਹ ਸਾਨੂੰ ਬਣਾਉਣ ਨਹੀਂ ਦਿੰਦੇ ਹੈਗੇ ਤੇ ਉਲਟ ਸਾਨੂੰ ਰੋਕ ਕੇ ਗਏ ਰਮਨ ਕੁਮਾਰ ਜੀ। ਇਸ ਸੰਬੰਧ ਵਿੱਚ ਹੋਰ ਕਿਹਨੂੰ ਸ਼ਿਕਾਇਤਾਂ ਕੀਤੀਆਂ? ਅਸੀਂ ਮੈਂ SSP ਸਾਹਿਬ ਨੂੰ ਕੀਤੀ ਹੈ, DC ਸਾਹਿਬ ਨੂੰ ਕੀਤੀ ਹੈ, CM ਸਾਹਿਬ ਨੂੰ ਵੀ ਕੀਤੀ ਹੈ ਜੀ,
ਤੇ ਬਾਕੀ ਮੈਂ ਰੋੜੀ ਸਾਹਿਬ ਨੂੰ ਮਿਲੀ ਹਾਂ ਜੀ, ਤੇ ਸਾਰੇ ਮੈਨੂੰ ਪੂਰਾ ਯਕੀਨ ਹੈ ਆਪਣੀ ਸਰਕਾਰ ਤੇ, ਤੇ ਇਹਨਾਂ ਚਲੋ ਜੋ ਵੀ ਹੈਗਾ ਮੇਰੇ ਨਾਲ ਤਾਂ ਵਧੀਕੀ ਨਾ ਕਰਨ ਜੀ। ਹਾਂਜੀ, ਕੀ ਮੰਗ ਕੀ ਕਰਦੇ ਪ੍ਰਸ਼ਾਸਨ? ਮੈਂ ਇਹੀ ਮੰਗ ਕਰਦੀ ਹਾਂ ਵੀ ਮੈਨੂੰ ਮੈਨੂੰ ਮੇਰੇ ਪਲਾਟ ਵਿੱਚ ਮੈਨੂੰ ਬਾਉਂਡਰੀ ਵਾਲ ਕਰਨ ਦੀ ਇਜਾਜ਼ਤ ਦਿੱਤੀ ਜਾਵੇ ਜਾਂ ਇਹਨਾਂ ਨੂੰ ਸਮਝਾਇਆ ਜਾਵੇ, ਬਿਨਾਂ ਮਤਲਬ ਤੋਂ ਪਰੇਸ਼ਾਨੀ ਕਰਦੇ ਆ। ਮੈਂ ਇਕੱਲੀ ਹੈਗੀ, ਮੈਂ ਇੰਨੀ ਹੱਡ ਦੀ ਮਰੀਜ਼ ਹਾਂ। ਇਹ ਦਿਨ ਸਾਡੇ ਕੋਲ ਮੈਟਰ ਆਇਆ, ਇਹ ਹਰਮਿੰਦਰ ਬਖਸ਼ੀ ਆ, ਉਹਦੇ ਨਾਲ ਦਾ ਪਲਾਟ ਆ, ਉਹਦਾ ਐਲੀਗੇਸ਼ਨ ਆ ਵੀ ਮੇਰਾ ਇੱਧਰ ਜਗ੍ਹਾ ਨਿਕਲਦੀ ਹੈ। ਇਹਨਾਂ ਨੂੰ ਕਿਹਾ ਵੀ ਪਹਿਲਾਂ ਨਿਸ਼ਾਨਦੇਹੀ ਕਰਾ ਲਓ ਆਪਣੀ, ਜਿੱਥੇ ਤੁਹਾਡੀ ਨਿਸ਼ਾਨਦੇਹੀ ਹੁੰਦੀ ਹੈ ਉੱਥੇ ਆਪਣੀ ਕੰਧ ਕਰ ਲਓ। ਅਤੇ ਫਿਰ ਦੋਨਾਂ ਪਾਰਟੀਆਂ ਨੂੰ ਟਾਈਮ ਦਿੱਤਾ ਐਤਵਾਰ ਦਾ, ਐਤਵਾਰ ਦਾ ਟਾਈਮ ਦੋਨਾਂ ਪਾਰਟੀਆਂ ਨੂੰ ਸੁਣ ਕੇ ਅਤੇ ਨਿਸ਼ਾਨਦੇਹੀ ਕਰਾ ਕੇ ਇਹਨਾਂ ਦਾ ਜਿਹਦਾ ਬਣਦਾ ਆਪਣਾ ਉਹ ਕਰ ਲੈਣ। ਦੇਖੋ ਉਦਣ ਜਿਹੜਾ ਹਰਮਿੰਦਰ ਬਖਸ਼ੀ ਆ ਇਹ ਮੌਕੇ ਤੇ ਹਾਜ਼ਰ ਨਹੀਂ ਸੀ, ਇਹਦੀ ਕਾਲ ਆਈ ਸਾਨੂੰ ਪਹਿਲਾਂ ਵੀ ਇਹਨਾਂ ਦਾ ਕੋਈ ਪਲਾਟ ਖਰੀਦਣ ਨੂੰ ਲੈ ਕੇ ਹੈ ਡਿਸਪਿਊਟ ਕੋਈ ਵੀ ਹੈ, ਉਹ ਇੱਕ ਵਾਰੀ ਜਦੋਂ ਦੋਨੇ ਤਰ੍ਹਾਂ ਬੈਠ ਜਾਣਗੀਆਂ ਫੇਰ ਕਲੀਅਰ ਹੋਊਗਾ ਕੀ ਗੱਲ ਆ। ਅਤੇ ਉਹਦਾ ਕਹਿਣਾ ਵਾ ਵੀ ਸ਼ਾਇਦ ਪਲਾਟ ਦੇ ਵਿੱਚ ਹੋਰ ਵੀ ਹਿੱਸੇ ਹੈਗੇ ਕਈਆਂ ਦੇ, ਕਿਉਂਕਿ ਆਪਾਂ ਤਾਂ ਦੱਸ ਨਹੀਂ ਸਕਦੇ, ਮਾਲ ਮਹਿਕਮਾ ਦੱਸੇਗਾ। ਇਸ ਲਈ ਫਿਰ ਤਹਿਸੀਲਦਾਰ ਕੋਲੋਂ ਨਿਸ਼ਾਨਦੇਹੀ ਕਰਾ ਲੈਣ, ਜਿੱਥੇ ਬਣਦਾ ਆਪਣੀ ਕਰ ਲੈਣ, ਕੋਈ ਇਸ਼ੂ ਨਹੀਂ।